ਤੁਸੀਂ ਕੋਕ ਦੀ 2 ਲੀਟਰ ਦੀ ਬੋਤਲ ਨਾਲ ਬਹੁਤ ਹੀ ਵਧੀਆ ਬੋਤਲ ਵਾਲਾ ਬਕਸਾ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਕੈਂਚੀ, ਚਾਕੂ ਅਤੇ ਥੋੜ੍ਹੀ ਟੇਪ ਚਾਹੀਦੀ ਹੈ। ਦਿਖਾਏ ਗਏ ਨਿਸ਼ਾਨ ਤੋਂ ਬੋਤਲ ਨੂੰ 2 ਹਿੱਸਿਆਂ ਵਿੱਚ ਕੱਟ ਦਿਓ। ਇਸ ਨਾਲ ਤੁਹਾਨੂੰ ਇੱਕ ਉੱਪਰ ਵਾਲਾ ਅਤੇ ਇੱਕ ਥੱਲੇ ਵਾਲਾ ਹਿੱਸਾ ਮਿਲ ਜਾਵੇਗਾ। ਥੱਲੇ ਵਾਲਾ ਹਿੱਸਾ ਲਓ ਅਤੇ ਉਸ ਉੱਪਰ 5 ਸਿੱਧੀਆਂ ਲਾਈਨਾਂ ਲਗਾ ਲਓ। ਉਸ ਨੂੰ ਉੱਪਰ ਤੋਂ ਕੱਟ ਦਿਓ। ਇਹਨਾਂ ਸਿੱਧੇ ਹਿੱਸਿਆਂ ਨੂੰ ਤੁਸੀਂ ਪੱਤਿਆਂ ਦੀ ਤਰ੍ਹਾਂ ਮੋੜ ਸਕਦੇ ਹੋ। ਕੱਟਾਂ ਦੇ ਕੋਨਿਆਂ ਤੋਂ ਛੋਟੇ ਤ੍ਰਿਕੋਣ ਕੱਟ ਲਓ। ਇਹ ਪੱਤਿਆਂ ਨੂੰ ਗੋਲ ਕਰ ਦੇਵੇਗਾ। ਹੁਣ ਇੱਕ ਵਾਰ 'ਚ ਇੱਕ ਪੱਤਾ ਲਓ ਅਤੇ ਉਸ ਨੂੰ ਅੰਦਰ ਵਾਲੇ ਪਾਸੇ ਮੋੜ ਦਿਓ। ਸਾਰੇ 5 ਪੱਤੇ ਇਸੇ ਤਰ੍ਹਾਂ ਅੰਦਰ ਵਾਲੇ ਪਾਸੇ ਮੁੜਨਗੇ ਅਤੇ ਇਹ ਬਹੁਤ ਵਧੀਆ ਬੋਤਲ ਦਾ ਢੱਕਣ ਬਣ ਜਾਵੇਗਾ। ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਇਸ ਵਿੱਚ ਰੱਖ ਸਕਦੇ ਹੋ ਅਤੇ ਬੋਤਲ ਦਾ ਢੱਕਣ ਬੰਦ ਕਰ ਸਕਦੇ ਹੋ। ਇਹ ਬਹੁਤ ਹੀ ਵਧੀਆ ਬੋਤਲ ਦਾ ਬਕਸਾ ਬਣ ਜਾਵੇਗਾ। ਫਿਰ ਬੋਤਲ ਦਾ ਉੱਪਰ ਵਾਲਾ ਹਿੱਸਾ ਲਓ, ਉਸੇ ਤਰ੍ਹਾਂ 5 ਸਿੱਧੇ ਕੱਟ ਮਾਰੋ। ਪੱਤਿਆਂ ਨੂੰ ਗੋਲ ਕਰਨ ਲਈ 5 ਛੋਟੇ ਤ੍ਰਿਕੋਣ ਵੀ ਕੱਟ ਲਓ। ਹੁਣ ਬੋਤਲ ਦਾ ਥੱਲਾ ਬਣਾਉਣ ਲਈ 5 ਪੱਤਿਆਂ ਨੂੰ ਅੰਦਰ ਦੀ ਤਰਫ ਮੋੜ ਦਿਓ। ਅਖੀਰ ਵਿੱਚ ਤੁਸੀਂ ਅੰਤ ਵਾਲੇ ਪੱਤੇ ਨੂੰ ਟੇਪ ਨਾਲ ਜੋੜ ਦਿਓ। ਇਸ ਨਾਲ ਇਹ ਯਕੀਨੀ ਬਣੇਗਾ ਕਿ ਥੱਲਾ ਖੁੱਲ੍ਹਾ ਨਾ ਰਹੇ। ਇਸ ਨਾਲ ਇੱਕ ਛੋਟਾ ਜਿਹਾ ਬਹੁਤ ਸੁੰਦਰ ਬੋਤਲ ਦਾ ਬਕਸਾ ਬਣ ਜਾਵੇਗਾ। ਤੁਸੀਂ ਇਸ ਵਿੱਚ ਕੁਝ ਬਟਨ ਅਤੇ ਕੁਝ ਸਮਾਨ ਰੱਖ ਸਕਦੇ ਹੋ। ਇਸ ਨਾਲ ਪੁਰਾਣੀਆਂ ਪਲਾਸਟਿਕ ਦੀਆਂ ਬੋਤਲਾਂ ਦਾ ਬਹੁਤ ਵਧੀਆ ਇਸਤੇਮਾਲ ਹੋਵੇਗਾ।